ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਲੂਮ ਕ੍ਰਾਫਟ ਤੇ ਅੱਜ ਮੈਂ ਗੱਲ ਕਰਾਂਗੀ ਫੋਨਿਕ ਸਾਊਂਡਸ ਦੀ ਬੱਚਿਆਂ ਨੂੰ ਫੋਨਿਕ ਸਾਊਂਡਸ ਕਿਵੇਂ ਕਰਾਈਏ ਫੋਨਿਕ ਸਾਊਂਡਸ ਕੀ ਹੁੰਦੇ ਨੇ ਜਿਵੇਂ ਪੰਜਾਬੀ ਚ ਅੱਖਰ ਲੈ ਲਓ ਜਿੱਦਾਂ ਕੱਕਾ ਖੱਖਾ ਗੱਗਾ ਇਹ ਸਭ ਦੇ ਆਪਣੇ ਆਪਣੇ ਸਾਊਂਡਸ ਨੇ ਇਸੇ ਤਰ੍ਹਾਂ ਹੀ ਇੰਗਲਿਸ਼ ਵਿਚ ਜਿਹੜੇ ਲੈਟਰਸ ਨੇ ਉਹਨਾਂ ਦੇ ਆਪਣੇ ਆਪਣੇ ਸਾਊਂਡਸ ਨੇ ਤੇ ਅਸੀਂ ਅੱਜ ਉਹਨਾਂ ਬਾਰੇ ਗੱਲ ਕਰਾਂਗੇ ਅਸੀਂ ਜਾਣਾਂਗੇ ਕਿ ਲੈਟਰਸ ਦੀ ਸਾਊਂਡਸ ਕਿਵੇਂ ਬੱਚਿਆਂ ਨੂੰ ਕਰਾਈਏ ਕਿਸ ਤਰ੍ਹਾਂ ਕਰਾਈਏ ਕਿਹੜੀ ਐਕਟੀਵਿਟੀਜ਼ ਬੱਚਿਆਂ ਨੂੰ ਦਈਏ ਤਾਂ ਕਿ ਉਹ ਇਸ ਸਾਊਂਡ ਨੂੰ ਸਮਝ ਸਕਣ ਤੇ ਉਹਨਾਂ ਨੂੰ ਪਹਿਚਾਣ ਸਕਣ ਕੁਝ ਐਕਟੀਵਿਟੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੋ ਤੁਸੀਂ ਆਪਣੇ ਬੱਚਿਆਂ ਨੂੰ ਕਰਾ ਸਕਦੇ ਹੋ ਅੱਜ ਅਸੀਂ ਕਰਾਂਗੇ ਲੈਟਰ ਐ ਐ ਅਪਰ ਕੇਸ ਐ ਲੋਅਰ ਕੇਸ ਐ ਕੁਛ ਐਕਟੀਵਿਟੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੋ ਤੁਸੀਂ ਆਪਣੇ ਬੱਚਿਆਂ ਨੂੰ ਘਰ ਬੈਠ ਕੇ ਕਰਾ ਸਕਦੇ ਹੋ ਤੁਸੀਂ ਵੀ ਆਪਣੇ ਬੱਚਿਆਂ ਲਈ ਇਸ ਤਰ੍ਹਾਂ ਦੇ ਫਲੈਸ਼ ਕਾਰਡਸ ਕਲਰਫੁਲ ਫਲੈਸ਼ ਕਾਰਡਸ ਬਣਾ ਸਕਦੇ ਹੋ ਕਿਉਂਕਿ ਬੱਚਿਆਂ ਨੂੰ ਕਲਰਫੁਲ ਚੀਜ਼ਾਂ ਜੋ ਹੈ ਬਹੁਤ ਪਸੰਦ ਨੇ ਕਲਰਫੁਲ ਚੀਜ਼ਾਂ ਬੱਚਿਆਂ ਨੂੰ ਅਟਰੈਕਟ ਕਰਦੀਆਂ ਨੇ ਤੇ ਤੁਸੀਂ ਵੀ ਆਪਣੇ ਬੱਚਿਆਂ ਲਈ ਇਸ ਤਰ੍ਹਾਂ ਕਲਰਫੁਲ ਲੈਟਰਸ ਫਲੈਸ਼ ਕਾਰਡਸ ਬਣਾ ਸਕਦੇ ਹੋ ਕਾਫੀ ਸਾਰੇ ਤਰੀਕੇ ਨੇ ਬੱਚਿਆਂ ਨੂੰ ਲੈਟਰਸ ਔਰ ਸਾਊਂਡਸ ਰੈਕਗਨਾਈਜ਼ ਕਰਾਉਣ ਦੇ ਕੁਝ ਤਰੀਕੇ ਜੋ ਹੈ ਉਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੀ ਸੋ ਪਹਿਲੀ ਐਕਟੀਵਿਟੀ ਹੈ ਐਕਸ਼ਨ ਦੇ ਥਰੂ ਦੇਖਦੇ ਹਾਂ ਯੈਸ ਐਂਡ ਸੁਣ ਮੈਂ ਆਮ ਜੇ ਕਦੀ ਤੁਹਾਡੀ ਬਾਂਹ ਤੇ ਕੀੜੀ ਚੜ ਜਾਏ ਤਾਂ ਤੁਸੀਂ ਕਿੱਦਾਂ ਦੀ ਸਾਊਂਡ ਕੱਢੋਗੇ ਉਹਨੂੰ ਹਟਾਓਗੇ ਔਰ ਨਾਲ ਹੀ ਨਾਲ ਤੁਸੀਂ ਕੀ ਬੋਲੋਗੇ ਹੈ 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 ਤੇ ਇਹ ਸਾਊਂਡ ਹੈ ਲੈਟਰ ਏ ਦੀ ਹੈ ਐਂਡ ਸੁਣ ਮੈਂ ਆਮ ਦੂਸਰਾ ਤਰੀਕਾ ਹੈ ਰਾਈਮ ਜੋ ਬੱਚਿਆਂ ਨੂੰ ਬਹੁਤ ਪਸੰਦ ਹੈ ਔਰ ਕਾਫੀ ਬੱਚੇ ਜੋ ਹੈ ਰਾਈਮਸ ਦੇ ਥਰੂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਨੇ ਵੋਕੈਬਲਰੀ ਸਿੱਖਦੇ ਨੇ ਤੇ ਅੱਜ ਰਾਈਮ ਦੇ ਥਰੂ ਅਸੀਂ ਫੋਨਿਕ ਸਾਊਂਡਸ ਕਿੱਦਾਂ ਬੱਚਿਆਂ ਨੂੰ ਲਰਨ ਕਰਾਈਏ ਅੱਜ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਐ ਐ ਐਂਡ ਸੁਣ ਮਾਈ ਆਰਮ ਐ ਐ ਐਂਡ ਸੁਣ ਮਾਈ ਆਰਮ ਐਂਡ ਕਜ਼ਿੰਗ ਮੀ ਅਲਾਰਮ ਤੇ ਰਾਈਮਸ ਦੇ ਵਿੱਚ ਵੀ ਲੈਟ ਸਾਊਂਡ ਆਈ ਐ ਤੇ ਜਦੋਂ ਤੁਸੀਂ ਰੋਜ਼ ਬੱਚਿਆਂ ਨਾਲ ਇਹ ਰਾਈਮ ਕਰੋਗੇ ਤਾਂ ਬੱਚਿਆਂ ਨੂੰ ਆਪਣੇ ਆਪ ਸਾਊਂਡ ਜਿਹੜੀ ਹੈ ਉਹ ਲਰਨ ਹੋ ਜਾਏਗੀ ਇੱਕ ਵਾਰੀ ਹੋਰ ਐ ਐ ਐਂਡ ਸੁਣ ਮਾਈ ਆਰਮ ਐ ਐ ਐਂਡ ਸੁਣ ਮਾਈ ਆਰਮ ਐਂਡ ਕਜ਼ਿੰਗ ਮੀ ਅਲਾਰਮ ਹੁਣ ਸਾਡੀ ਜਿਹੜੀ ਅਗਲੀ ਐਕਟੀਵਿਟੀ ਹੈ ਉਹ ਹੈ ਰੇਨਬੋ ਰਾਈਟਿੰਗ ਅਸੀਂ ਬੱਚਿਆਂ ਨੂੰ ਕ੍ਰੇਯੋਨਸ ਦੇ ਨਾਲ ਰੇਨਬੋ ਰਾਈਟਿੰਗ ਕਰਾ ਸਕਦੇ ਹਾਂ ਜਿਵੇਂ ਡਿਫਰੈਂਟ ਕਲਰ ਯੂਜ ਕਰਕੇ ਅਸੀਂ ਬੱਚਿਆਂ ਨੂੰ ਕਰਵਾ ਸਕਦੇ ਹਾਂ ਸਲਾਂਟ ਲਾਈਨ ਸਲੀਪਿੰਗ ਲਾਈਨ slant line slant line sleeping line slant line slant line sleeping line ਇਸੇ ਤਰ੍ਹਾਂ ਹੀ ਆਪਾਂ ਲੋਅਰ ਕੇਸ ਦੀ ਵੀ ਰੇਨਬੋ ਰਾਈਟਿੰਗ ਬੱਚਿਆਂ ਤੋਂ ਕਰਾ ਸਕਦੇ ਹਾਂ ਮੇਕ ਅ ਕਰਵ ਐਂਡ ਸਟੈਂਡਿੰਗ ਲਾਈਨ ਮੇਕ ਅ ਕਰਵ ਸਟੈਂਡਿੰਗ ਲਾਈਨ make a curve standing line make a curve standing line eh eh hands on my arm and causing me alarm rainbow writing de through bacche letters di formation sahi kar sakde ha bacche jaldi to jaldi letters recognize kar sakde ha even colors di recognition bhi ਬੱਚੇ ਇਸ ਐਕਟੀਵਿਟੀ ਦੇ ਥਰੂ ਕਰ ਸਕਦੇ ਆ ਅੱਜ ਮੈਂ ਤੁਹਾਡੇ ਨਾਲ ਐਕਟੀਵਿਟੀਜ਼ ਕੁਝ ਸ਼ੇਅਰ ਕੀਤੀਆਂ ਨੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਅਸੀਂ ਘਰ ਬੈਠੇ ਲੈਟਰਸ
ਦੀ ਰੈਕਗਨੀਸ਼ਨ ਕਰਾ ਸਕਦੇ ਹਾਂ, ਫੋਨਿਕ ਸਾਊਂਡਸ ਬੱਚਿਆਂ ਨੂੰ ਸਮਝਾ ਸਕਦੇ ਹਾਂ। ਤੇ ਅਗਲੇ ਹਫਤੇ ਫਿਰ ਮਿਲਾਂਗੇ ਇੱਕ ਨਏ ਟੌਪਿਕ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ ਮੈਨੂੰ, ਪਰ ਹਾਂ ਮੇਰੀ ਆਰਟ ਐਂਡ ਕਰਾਫਟ ਵੀਡੀਓਜ਼ ਦੇਖਣਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਚ, ਤੁਸੀਂ ਇਸੇ ਤਰ੍ਹਾਂ ਹੀ ਮੇਰੀ ਵੀਡੀਓਜ਼ ਦੇਖਦੇ ਰਹੋ। ਤੇ ਨੈਕਸਟ ਵੀਕ ਫਿਰ ਹਾਜ਼ਰ ਹੋਵਾਂਗੀ ਇੱਕ ਨਏ ਟੌਪਿਕਸ ਦੇ ਨਾਲ, ਇੱਕ ਨਈ ਐਕਟੀਵਿਟੀਜ਼ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।